साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। पातड़ा शहर च बांदरां दी दहशत, घर ते गलियां च घुमदे बांदरां दीआं टोलियां तों लोक परेशान। पातड़ा च बांदरां दी परमार दिन प्रति दिन वधदी जा रही है, जिस नूं लै के लोकां च बांदरां दी दहशत भी वधदी जा रही है, जो रोजाना ही गलियां मुहल्लिआं दे विच घुमदे आम देखे जांदे आ। जिन्हां दा पता लगन दे नाल गलियां च सन्नाटा छा जांदा है अते लोक अपने घरां दे दरवाजे बंद कर लैंदे हन। उत्थे इन्हां बांदरां कारण बच्चिआं च काफी सहम बणिआ होइआ है। बांदरां दीआं टोलियां घरां च दाखल हो के जिथे घर च तोड़ फोड़ करदे हन, उत्थे खाण पीण दा समान भी लै जांदे हन। लोकां ने प्रशासन तों मंग कीती है कि इन्हां बांदरां दा प्रबंध भी कीता जावे तां जो शहर बांदरां दी वध रही परमार तों रोकिआ जा सके। ਬਾਂਦਰਾਂ ਤੋਂ ਤਾਂ ਜੀ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ। 10-12 ਬੰਦਰ ਬੜੇ ਸ਼ੈਤਾਨ ਬੰਦਰ ਨੇ ਜੀ। ਇਹ ਲੋਕਾਂ ਦੇ ਘਰਾਂ ਜਾ ਕੇ ਸਮਾਨ ਤੋੜਦੇ ਨੇ, ਪੇੜ ਪੌਦਿਆਂ ਨੂੰ ਚੜ ਕੇ ਤੋੜਦੇ ਨੇ। ਸਾਡੇ ਇੱਥੇ ਦੇਖੋ ਆ ਕੇ ਘਰ ਕੀ ਹਾਲ ਕੀਤਾ ਬਾਂਦਰਾਂ ਨੇ। ਸਵੇਰੇ ਸ਼ਾਮ ਸਾਧ ਨੇ ਉੱਥੇ ਬੈਠੇ ਰਹਿੰਦੇ ਨੇ, ਉੱਪਰ ਮਾਰ ਛਾਲਾਂ ਮਾਰ ਮਾਰ ਕੇ ਬੱਚਿਆਂ ਨੂੰ ਡਰਾਉਂਦੇ ਨੇ, ਬੱਚਿਆਂ ਨੂੰ ਲੰਘਣੇ ਨੇ ਗਲੀਆਂ ਵਿੱਚ ਦੀ, ਗਲੀਆਂ ਦੇ ਵਿੱਚ ਬਹੁਤ ਬੁਰਾ ਹਾਲ ਕਰਕੇ ਬਾਂਦਰਾਂ ਨੇ। ਲੋਕ ਬਹੁਤ ਪਰੇਸ਼ਾਨ, ਬੱਚਿਆਂ ਨੂੰ ਭੱਜ ਕੇ ਪੈਂਦੇ ਨੇ ਜੀ, ਬੱਚੇ ਡਰਦੇ ਨੇ, ਬੱਚੇ ਬਾਹਰ ਨਿਕਲਦੇ ਗਲੀ 'ਚ ਖੇਡਣ ਨਹੀਂ ਜਾਂਦੇ, ਬੱਚੇ ਘਰੇ ਬੈਠੇ ਰਹਿੰਦੇ ਨੇ ਡਰਦੇ ਮਾਰੇ ਜੀ। ਕੀ ਹੋਣਾ ਚਾਹੀਦਾ ਇਹਨਾਂ ਦਾ? ਇਹਨਾਂ ਦਾ ਕੋਈ ਨਗਰ ਕੌਂਸਲ ਵੱਲੋਂ ਇਹਨਾਂ ਦਾ ਇਲਾਜ ਹੋਣਾ ਚਾਹੀਦਾ, ਜਿਵੇਂ ਅਵਾਰਾ ਪਸ਼ੂਆਂ ਦਾ ਸਰਕਾਰ ਇਲਾਜ ਕਰਦੀ ਹੈ, ਐਵੇਂ ਇਹਨਾਂ ਦਾ ਵੀ ਇਲਾਜ ਹੋਣਾ ਚਾਹੀਦਾ, ਇਹਨਾਂ ਨੂੰ ਸ਼ਹਿਰ 'ਚ ਬਾਹਰ ਕੱਢਣਾ ਚਾਹੀਦਾ ਜੀ। ਇਹਦੇ ਪੂਰੇ ਕਹਿੰਦੇ ਨੇ ਉਰੇ ਬੀੜ ਹੈ, ਬੀੜ ਦੇ ਵਿੱਚੋਂ ਆਉਂਦੇ ਨੇ ਬੰਦਰ ਤੋਂ ਹੋਰ ਵੀ ਆ ਸਕਦੇ, ਜਦੋਂ ਇਹ ਆਉਂਦੇ ਨੇ ਖਾਣ ਦੇ ਚੱਕਰ ਦੇ ਵਿੱਚ ਉਰੇ ਆਉਂਦੇ ਨੇ ਪਾਤਰਾਂ ਦੇ ਲੋਕ, ਇਹਨਾਂ ਨੂੰ ਜੋ ਪਾਉਂਦੇ ਨੇ ਖਾਣ ਪੀਣ ਵਾਸਤੇ, ਹੋਰ ਖਾਣ ਦੇ ਲਾਲਚ ਹੋਰ ਆਉਂਦੇ ਨੇ ਜੀ ਇੱਧਰ। ਵੀ ਨਹੀਂ ਪਾਉਣਾ ਚਾਹੁੰਦੇ ਲੋਕਾਂ ਨੂੰ? ਲੋਕਾਂ ਨੂੰ ਪਾਉਣਾ ਚਾਹੀਦਾ, ਉੱਥੇ ਜਾ ਕੇ ਪਾਉਣਾ ਜੀ, ਬੀੜ 'ਚ ਜਾ ਕੇ ਪਾਉਣਾ ਵੀ, ਸ਼ਹਿਰ 'ਚ ਨਾ ਪਾਉਣਾ ਜੀ। ਬਿਲਕੁਲ, ਕਈ ਸ਼ਿਕਾਇਤਾਂ ਆਈਆਂ, ਜਿਵੇਂ ਬਾਂਦਰ ਸ਼ਹਿਰੀ ਆਪਣੇ ਮੁਹੱਲਿਆਂ 'ਚ ਫਿਰ ਰਹੇ ਨੇ, ਉਹ ਆਮ ਆਪਣੇ ਜਿਵੇਂ ਲੇਡੀਜ਼ ਦਿਨ 'ਚ ਕੰਮ ਗਏ, ਉਹਨਾਂ ਨੂੰ ਤੰਗ ਪਰੇਸ਼ਾਨ ਵੀ ਕਰਦੇ ਨੇ। ਬੱਚੇ ਵੀ ਸਹਿਮੇ ਹੋਏ ਨੇ ਇਸ ਇਹਨਾਂ ਕਰਕੇ, ਡਰਾ ਕਈ ਵਾਰ ਬੱਚਿਆਂ ਨੂੰ ਅਚਨਚਨ ਹਮਲਾ ਕਰਦੇ ਨੇ ਜੋ। ਸੋ ਸਾਰਿਆਂ 'ਚ ਡਰ ਦਾ ਤਾਂ ਮਾਹੌਲ ਹੈਗਾ, ਪਰ ਅਸੀਂ ਯਕੀਨ ਦਵਾਉਂਦੇ ਹਾਂ ਅਤੇ ਅਫਸਰਾਂ ਨੂੰ ਵੀ, ਵਣ ਵਿਭਾਗ ਵਾਲੇ ਜਾਂ ਜੋ ਵੀ ਸੰਬੰਧਿਤ ਮਹਿਕਮੇ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜਲਦੀ ਇਹਨਾਂ 'ਤੇ ਕਾਬੂ ਪਾ ਕੇ ਸ਼ਹਿਰ 'ਚ ਇਹਨਾਂ ਤੋਂ ਨਜਾਤ ਦਵਾਇਆ ਜਾਵੇ। ਅਸੀਂ ਲਿਖਤੀ ਤੌਰ 'ਤੇ ਨਗਰ ਕੌਂਸਲ ਵੱਲੋਂ ਵੀ ਉਹਨਾਂ ਨੂੰ ਭੇਜ ਰਹੇ ਹਾਂ ਤਾਂ ਜੋ ਇਸ ਸਮੱਸਿਆ ਦਾ ਜਲਦੀ ਹੱਲ ਹੋ ਜਾਵੇ। ਪਤੜਾ ਤੋਂ ਸਤਪਾਲ ਕਰਤੀ ਪਹੁੰਚ।